स्वागत है किसान वीरो तुहाडा अपने यूट्यूब चैनल ढिल्लो डेयरी फार्म बरनाला दे विच। सो जिहड़े किसान वीर अपने इस चैनल दे वीडियो पहली बार देख रहे हैं उन्होंने रिक्वेस्ट आ कि अपने यूट्यूब चैनल जो सबसक्राइब कर लियो। सो किसी भी वीर ने इदा दी ऐड करवानी होवे तां मेरा मोबाइल नंबर है 8470 1917। सो अज दी वीडियो विच आप एक जर्सी हिफर एक जर्सी बच्ची गब्बण ते दो सूर नूं रेहड़ी ते एक सूई हुई ता जी। सो पंज कनक दिखावांगे, डिटेल आपां वीर तों पुछदे इन्हां बारे। सत श्री अकाल भाई जी। हाँ जी भीरे, नाम एड्रैस दस्सो अपना। नाम भीरे कुलदीप सिंह, पिंड गुरमा भीरे, जिला बरनाला। मोबाइल नंबर भीरे अपना। मोबाइल नंबर है भीरे 9867 5569। ठीक है, अच्छा आप 4 तारीख वीडियो कवर करते पे हाँ। तो भीरे पहले नंबर जी आप बच्ची देखते पे हाँ जर्सी, कि सूआ सूई भी है? ये पहला सूआ भीरे, 2 दिन का बस। क्या एक दिन हो गए सूई? 20 दिन हो गए भीरे। बच्चा जी मगर बच्ची मर गई। बच्ची मर गई तो मान ला वधिया न्याणा पा के खड़ दी है? ना लोड़ ही नहीं भीरे, न्याणे की पूरी ठंडी थी लग रही। हुण दुध 13-14 लीटर सी, हुण 12 लीटर जमा रेडी है भीरे। ठीक है, मान लीए भी चंगी सेवा कर ले कोई 14-15 पा सकदा है। 1 लीटर भीरे खुला जाऊगी, बाकी हुण आई नहीं हैगी ठंडी झील फुल आवे जिवें मर्जी चूई जावे भीरे। ठीक है, तो 12 लीटर जमा निबड़ूगा। हाँ ਤੋਰੀ ਵੀਰੇ ਬਾਹਰ ਨੂੰ। ਸੋ ਹੈ ਪੂਰੇ ਕੱਦ ਕਾਰਡ ਦੇ ਵਿੱਚ, ਇਹ ਨਹੀਂ ਗੱਲ ਵੀ ਲਿੱਸੀ ਨਾਮੀ ਆ ਛੋਟੀ ਆ ਕਿਸੇ ਪਾਸੇ ਹੋਏ, ਬਾਕੀ ਪ੍ਰਿੰਟ ਬਹੁਤ ਚੰਗਾ ਇਹਦੇ। ਮੂੰਹ ਮੱਥਾ ਦੇਖੋ ਜਮਾ, ਫੁੱਲ ਜਾਣ ਵਾਲੇ ਵਿਹੜਾ ਜਮਾ, ਮੂੰਹ ਮੱਥਾ ਦੇਖ ਸਕਦੇ ਹੋ। ਟੋਆ ਕੰਨ ਨਿੱਕਾ ਨਿੱਕਾ ਅਤੇ ਥਣ ਲੇਵਾ ਸਾਫ਼ ਸੁਥਰਾ, ਪੂਰੇ ਕੱਦ ਕਾਠ ਵਜਨ ਦੇ ਵਿੱਚ ਪੈਂਦੀ ਹੈ ਅਤੇ ਲੇਵੇ ਦੇ ਹਵਾਨੇ ਅਤੇ ਨਾੜਾ ਵਗੈਰਾ ਵੀ ਬਹੁਤ ਚੰਗੀਆਂ ਦਿਖਾਈ ਦਿੰਦੀਆਂ ਪਈਆਂ ਹੈਗੀਆਂ। ਪਹਿਲਾ ਸੂਆ ਪਲੂਣ, 20 ਕੁ ਦਿਨ ਦੀ ਸੂਈ ਵੀ, 12 ਲੀਟਰ ਦੁੱਧ ਇਸ ਵਕਤ ਹਾਜ਼ਰ ਆ। ਹਵਾਨਾ ਨੇੜ ਤੋਂ ਦੇਖ ਸਕਦੇ ਹੋ, ਪੂਰਾ ਸੋਹਣਾ ਸਾਫ਼ ਸੁਥਰਾ। ਅਤੇ ਫਿਰ ਚਵਾਈ ਵਗੈਰਾ ਓਕੇ ਆ ਜਮਾ? ਹਾਂ ਹਾਂ ਜਮਾ ਵੀ ਓਕੇ। ਅਤੇ ਮੁੱਲ ਇਹਨਾਂ ਦੇ ਫਿਰ? ਮੁੱਲ ਆਪਾਂ ਫੋਨ 'ਤੇ ਕਰਾਂ, ਹੋਣਗੇ ਜਾਇਆ ਜੀ ਵੀਰੇ। ਠੀਕ ਹੈ, ਅਤੇ ਦੂਜਾ ਨੰਬਰ ਜਿਹੜੀ ਆਪਾਂ ਇਹ ਵੈਡ ਦੇਖੀ ਜਾਂਦੇ ਵੀਰੇ ਗੱਪਣ, ਇਹਨੇ ਦੂਜਾ ਨੰਬਰ ਸੁਣਾ ਵੀਰੇ। ਕਿਆ ਇੱਕ ਦਿਨ ਲੈ ਜੂ ਅਜੇ? ਇਹਦੇ ਬਸ 3-4 ਦਿਨ ਬਾਕੀ ਆ ਵੀਰੇ। 3-4 ਕੁ ਦਿਨ ਇਹਦੇ ਸੂਣ 'ਚ ਬਾਕੀ ਪਿਆ, ਦੂਜਾ ਸੂਆ ਸੂਣਾ ਇਹਨੇ। ਅਤੇ ਇਹ ਤੋਂ ਆਪਾਂ ਕਿੰਨਾ ਕੁ ਅਨੁਮਾਨ ਲਾ ਸਕਦੇ ਦੁੱਧ ਵਾਲਾ? ਇਹਦੇ ਜੂਏ ਵੀਰੇ ਨੇ 17-18 ਲੀਟਰ ਦੁੱਧ ਦਿੱਤਾ ਇੱਥੇ ਆਪਾਂ ਵੀਰੇ, 22-23 ਲੀਟਰ ਵਿੱਚ ਦੁੱਧ 'ਚ ਬਾਓ ਵੀਰੇ। ਠੀਕ ਹੈ, ਗਰਮੀ ਦੇ ਹਿਸਾਬ ਨਾਲ 20 ਮੰਨ ਕੇ ਲੈ ਲਵੇ ਸਰ। ਹਾਂ 20 ਆਰਾਮ ਨਾਲ ਵੀਰੇ, ਠੰਡੀ ਜੀ ਲੈ ਵੀ ਵੀਰੇ ਫੁੱਲਾ। ਠੀਕ ਹੈ, ਸੋ 20 ਕਿਲੋ ਮੰਨ ਕੇ ਇਹਨੂੰ ਪਰਚੇਸ ਕਰ ਸਕਦੇ ਹੋ। ਦੂਜੇ ਨੰਬਰ ਵਾਲੀ ਦੂਜਾ ਸੂਆ ਸੁਣੀ ਹੈ, ਬੈਡ ਪੂਰੀ ਸਾਫ਼ ਸੁਥਰੀ ਹੈ, ਧੋਰ ਦੀ ਵੀਰੇ ਬਾਹਰ ਨੂੰ। ਸੋ ਪੂਰੇ ਰੰਗ ਆਵਾਜ਼ ਆ, ਵਧੀਆ ਰੰਗ ਹੈਗਾ ਸਰ, ਦੇਖ ਸਕਦੇ ਫੇਸ ਕੁਆਲਿਟੀ ਵਗੈਰਾ, ਕੰਨ ਟੋਆ ਵਗੈਰਾ, ਅਤੇ ਪੂਰੇ ਸਾਫ਼ ਸੁਥਰੇ ਰੰਗ ਦੇ ਵਿੱਚ ਆ ਜਾਵਾਂ, ਗੋਲਡਨ ਕਲਰ ਦੇ ਵਿੱਚ ਆ ਗਈ ਜਾਵਾਂ। ਹਵਾਨਾ ਦੇਖ ਸਕਦੇ ਨੇੜ ਤੋਂ, ਚਾਰੇ ਥਣ ਗੈਪ 'ਤੇ ਸੋਹਣੇ ਨਿਖੜਵੇਂ ਸਾਫ਼ ਸੁਥਰੇ, ਅਤੇ ਅੱਗੇ ਪਿੱਛੇ ਦਾ ਹਵਾਨਾ ਦਿਖਾਉਂਦੀ ਪਈ ਆ, ਪਤਲੀ ਚਮੜੀ ਦੇ ਵਿੱਚ ਆ। ਵਧੀਆ ਨੋਰਮਲ ਆਰਾਮ ਨਾਲ 19-20 ਕਿਲੋ ਦੁੱਧ ਤੱਕ ਪਾ ਜੂਗੀ, ਵਧੀਆ ਸੇਵਾ ਕਰਾਂਗੇ ਆਪਾਂ ਇਹਦੀ। ਅਤੇ ਹੈ ਬਿਹੜਾ ਜਿੰਦ ਜਾਣ ਵਾਲੇ, ਕੋਈ ਇਹ ਨਹੀਂ ਵੀ ਲਿੱਸਿਆ ਨਾ ਵੀ ਆ, ਬਾਕੀ ਤੋਰਾ ਵਗੈਰਾ ਥੱਲੋਂ ਦੇਖ ਸਕਦੇ, ਕੋਈ ਖੁਚਲਾ ਪਾਣ ਨਹੀਂ ਇਹਨਾਂ ਵਿੱਚ, ਅਤੇ ਹਵਾਨਾ ਸਾਫ਼ ਸੁਥਰਾ, ਚਾਰੇ ਥਣ ਗਏ ਉੱਤੇ ਸੋਹਣੇ ਨਿਖੜਵੇਂ, ਵਿੱਚੀ ਦੇ ਵਧੀਆ ਲੱਗੇ ਪਿਆ। ਅਤੇ ਅੱਗੇ ਵੀਰੇ ਤੀਜਾ ਨੰਬਰ ਦੇਖਦੇ ਆ ਜਿਹੜੀ ਆਪਾਂ, ਇਹਨੇ ਵੀਰੇ ਦੂਜਾ ਸੂਆ ਸੁਣਾ, ਇਹ ਕਿੰਨੇ ਕੁ ਦਿਨ ਲੈਂਦੀ ਆ ਜੀ? ਇਹ ਵੀਰੇ ਪਿਆ ਹਫ਼ਤਾ ਵਾਲੇ, 1 ਹਫ਼ਤਾ ਸੂਣ 'ਚ ਬਾਕੀ ਆ। ਇਹ ਕਿੰਨੇ ਕੁ ਦੁੱਧ ਵਾਲੀ ਆ? ਇਹ ਵੀਰੇ ਪਾ ਦੂਗੀ 14 ਕੁ ਲੀਟਰ ਦੁੱਧ, 14 ਕੁ ਲੀਟਰ ਦੁੱਧ ਧੋਰ ਦੀ ਬਾਹਰ ਨੂੰ। ਸੋ ਤੀਜੇ ਨੰਬਰ ਵਾਲੀ 14 ਕੁ ਲੀਟਰ ਦੁੱਧ ਪਾ ਦੂਗੀ ਇਹ, ਦੂਜਾ ਸੂਆ ਇਹ ਸੂਣੀ ਹੈਗੀ। ਮੂੰਹ ਮੱਥਾ ਦੇਖ ਸਕਦੇ ਸੋਹਣਾ ਸਾਫ਼ ਸੁਥਰਾ, ਟੋਆ ਵਗੈਰਾ ਕਰਨ, ਅਤੇ ਇਹ ਵੀ ਜਾਣ ਦੇ ਵਿੱਚ ਆ। ਸੋ ਜਿੰਨੇ ਆਪਾਂ ਤੁਹਾਨੂੰ ਨਗਦ ਦਿਖਾਇਆ ਸਾਰੇ ਕੱਦ ਕਾਠ ਵਾਲੇ ਜਾਣ ਵਾਲੇ ਵਿਹੜ ਹੈਗੇ, ਜਾਣ ਵਾਲੀਆਂ ਵਿਹੜ ਹੈਗੀਆਂ ਸਾਫ਼ ਸੁਥਰੀਆਂ, ਕੋਈ ਵੀ ਲਿੱਸਾ ਪਾਉਣਾ ਅਤੇ ਤੋਰਾ ਵਗੈਰਾ ਦੇਖ ਸਕਦੇ ਹੋ, ਥੱਲੇ ਪੈਰਾਂ ਦਾ ਕੋਈ ਢੀਚਕ ਪਣ ਨਹੀਂ ਤੁਰਦੀਆਂ ਇਹ। ਦੂਜਾ ਸੂਆ ਸੋਹਣੀ ਆ, ਦੁੱਧ 14 ਕਿਲੋ ਮੰਨ ਕੇ ਬੇਸ਼ੱਕ ਇਹਨੂੰ ਲੈ ਲਿਓ, ਚੰਗੀ ਸੇਵਾ ਤਾਂ ਆਪਾਂ ਕਿਲੋ ਖੰਡ ਵੱਧ ਖੰਡ ਵੀ ਪਾ ਸਕਦੇ ਹਾਂ। ਸੋ ਦੇਖੋ ਸਾਨੂੰ ਕੱਚੀ ਆ, ਹਲੇ ਜ਼ਿਆਦਾ ਮੰਨ ਕੇ ਚਲੋ 10-12 ਦਿਨ ਤੱਕ ਲੈ ਸਕਦੀ ਆ। ਅਤੇ ਅੱਗੇ ਵੀਰੇ ਚੌਥੇ ਨੰਬਰ 'ਤੇ ਬੱਚੀ ਦਿਖਾਈ ਦਿੰਦੀ ਆ ਜਿਹੜੀ, ਇਹ ਬੱਚੀ ਵੀਰੇ 7 ਮਹੀਨੇ ਦੀ ਗੱਭੜ ਆ। 7 ਮਹੀਨੇ ਗੱਭੜ, ਦੰਦੋ ਕਿਵੇਂ ਆ? ਦੰਦੋ ਖੀਰੀ ਆ, ਖੀਰੀ ਆ ਬਿਲਕੁਲ। ਸੋ ਦੰਦ ਦੇਖ ਸਕਦੇ ਬਿਲਕੁਲ ਦੁੱਧ ਦੰਦਾਂ ਦੇ ਵਿੱਚ ਖੀਰੀ ਜਾਵਾਂ, ਬਹੁਤ ਚੰਗੀ ਬੱਚੀ। ਕਿੰਨੇ? 7 ਮਹੀਨੇ ਦੀ। ਸੋ 7 ਮਹੀਨੇ ਦੀ ਗੱਭਣ ਬੱਚੀ, 2 ਮਹੀਨੇ ਸੂਣ 'ਚ ਬਾਕੀ ਹੈ ਇਹਦੇ, ਅਤੇ ਇਹਦਾ ਭਾਅ ਫਿਰ ਜਾਇਜ਼ ਹੋ ਜਾਵਾਂ ਵੀਰੇ? ਹਾਂ ਜਾਇਜ਼ ਵੀਰੇ। ਠੀਕ ਹੈ, ਸੋ 7 ਮਹੀਨੇ ਦੀ ਗੱਭਣ ਬੱਚੀ ਕਿਸੇ ਵੀਰ ਨੇ ਲੈਣੀ ਹੋਵੇ, ਅਤੇ ਇਹ ਵੀ ਸਾਫ਼ ਸੁਥਰੀ ਚੰਗੇ ਮੂੰਹ ਮੱਥੇ ਵਾਲੀ ਹੈ, ਹਾਲੇ 2 ਮਹੀਨੇ ਸੂਣ 'ਚ ਬਾਕੀ ਪਿਆ, ਵਧੀਆ ਬੋਡੀ ਵੇਟ, ਵਜਨ ਗੇਨ ਕਰ ਜੂ, ਅਤੇ ਹੁਣ ਵੀ ਰਾਜੀ ਚੰਗੀ ਸਮੀ ਵੀ ਲੱਗਦੀ ਹੈ ਜੀ, ਥਵਾਈ ਲੱਗਦੀ ਹੈ, ਕੋਈ ਇਹ ਨਹੀਂ ਵੀ ਲਿੱਸਾ ਪਾਉਣਾ ਕਿਸੇ ਪਾਸੇ, ਝੋਲੀ ਬਹੁਤ ਵਧੀਆ ਦਿਖਾਉਂਦੀ ਪਈ ਆ, 2 ਮਹੀਨੇ ਪੈਂਡਿੰਗ ਪਿਆ ਸੂਟ। ਸੋ ਲੇਵਾ ਵਗੈਰਾ ਥੱਲੇ ਦੇਖ ਸਕਦੇ ਨੇੜ ਤੋਂ, ਸੋਹਣਾ ਦਿਖਾਉਂਦੀ ਆ। ਅਤੇ ਅੱਗੇ ਵੀਰੇ ਇੱਕ ਖੜੀ ਆ ਬੱਚੀ, 5ਵੇਂ ਨੰਬਰ 'ਤੇ, ਇਹ 8 ਮਹੀਨਿਆਂ ਦਾ ਬੱਚਾ ਵੀ। 8 ਮਹੀਨਿਆਂ ਦਾ ਬੱਚਾ, ਅਤੇ ਵਧੀਆ ਮੰਨ ਚੰਗੀ ਬੈਠਦੀ ਹੈ ਜੀ ਇਹ। ਹਾਂ ਹਾਂ ਵੀਰੇ, ਠੀਕ ਹੈ। ਸੋ 5ਵੇਂ ਨੰਬਰ 'ਤੇ ਦੇਖ ਸਕਦੇ ਹੋ ਬੱਚੀ, ਮੱਥੇ 'ਤੇ ਟੋਆ ਦੇਖੋ ਇਹਦੇ, ਅਤੇ ਕੰਨ ਜਮਾਂ ਨਿੱਕਾ ਨਿੱਕਾ, ਅਤੇ ਥਣ ਫੋੜ ਸੰਗਦਾ ਨਹੀਂ ਵੀਰੇ ਕੋਈ? ਨਾ ਨਾ ਵੀਰੇ, ਚਾਰੇ ਥਣ ਇੱਕੋ ਹੀ ਆ। ਸੋ ਥਣ ਦੇਖ ਸਕਦੇ, ਚਾਰੇ ਥਣ ਇੱਕੋ ਜੀ, ਕਿ ਪੂਰੇ ਵਧੀਆ, ਅਤੇ ਮੱਥੇ 'ਤੇ ਟੋਆ ਵਗੈਰਾ, ਅਤੇ ਹੈ ਸਾਫ਼ ਸੁਥਰੀ ਪੂਰੀ ਵਧੀਆ, ਮੰਨ ਕੇ ਚਲੋ ਤਕਰੀਬਨ 2-1.5 ਕੁ ਮਹੀਨਾ ਸਾਂਭ ਕੇ ਇਹ ਦੇ ਕਾਬਲ ਹੋ ਜੂਗੀ। ਸੋ ਆਪਾਂ 5 ਨਾਗ ਦਿਖਾਤੇ, 98 7 87 55 0 69 ਵੀਰਾਂ ਦਾ ਨੰਬਰ ਆ, 4 ਤਰੀਕ ਨੂੰ ਵੀਡੀਓ ਕਵਰ ਕੀਤੀ ਆ।
कोई भी नाग थोड़े पसंद हो निरख पर करके खरीदारी कर सकते हो। सो वीडियो देखने लिए सब का तहे दिलो धन्यवाद। जल्द मिल जाए किसी नवी और वीडियो में।